ਕਦੇ ਕਹਿੰਦਾ ਭਾਈ ਤਲਾਇਆ ਵਾ ਪਰਾਂ ਨੂੰ ਜਾ ਪਰਾਂ ਨੂੰ ਉਧਰ ਨੂੰ ਮੋੜ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਜੀ ਅੱਜ ਜੋਤ ਭਾਈ ਕਹਿੰਦਾ ਵੀਡੀਓ ਮੈਂ ਬਣਾਉਣੀ ਆ ਮੈਂ ਤੂੰ ਬਣਾ ਲੈ ਕੋਈ ਚੱਕਰ ਨਹੀਂ अपने को 475 आ गया जी 1994 मॉडल है वीरे ते बाकी दी जानकारी चड्डू भाजी देणगे वीरे करो जी ते मॉडल तो भाई ने दस्सता भी 94 आ हां जी ते बाकी जो मेरे ट्रैक्टर ਮੈਂ ਕੰਮ ਸਾਰਾ ਏ ਟੂ ਜ਼ੈਡ ਹੋਇਆ ਬੰਦਿਆਂ ਨੇ ਪੈਸੇ ਬਹੁਤ ਲਾਏ ਹੋਏ ਆ ਠੀਕ ਆ ਤੇ ਆਪਣੇ ਗੱਟੇ ਦਾ ਟਰੈਕਟਰ ਨਵੇਂ ਦੇ ਵਿੱਚ ਠੀਕ ਹੈ ਜੀ ਵੀਡੀਓ ਆਪਣੀ ਬਣੀ ਨਹੀਂ ਕਿਉਂਕਿ ਉਦੋਂ ਆਪਾਂ ਕਿਤੇ ਖੇੜੇ ਵੇ ਤੇ ਹਾਂ ਠੀਕ ਹੈ ਬਾਕੀ ਜਿੱਦਾਂ ਵੀ ਦੇ ਲੋ ਛਤਰੀ ਜਿੱਦਾਂ ਲੱਗਿਆ ਸਾਰਾ ਪੈਸੇ ਟਰੈਕਟਰ ਦੇ ਦਾ ਠੀਕ ਹੈ ਬਾਈ ਠੀਕ ਹੈ ਟਰੈਕਟਰ ਆ ਉਦੋਂ ਤਿਆਰ ਹੋਇਆ ਹੋਇਆ ਹੈ ਪੇਂਟ ਹੋਇਆ ਪੇਂਟ ਦਵਾਰ ਤੇ ਆ ਬਹੁਤ ਠੀਕ ਆ ਪੇਂਟ ਹੋਇਆ ਤੇ ਭਾਈ ਤੁਹਾਨੂੰ ਪਹਿਲਾਂ ਤਾਂ ਹੀ ਦੱਸਿਆ ਕਿਤੇ ਬਾਅਦ ਚ ਆ ਕੇ ਨਾ ਬੰਦੇ ਕਹਿੰਦੇ ਵੀ ਭਾਈ ਤੁਸੀਂ ਤਾਂ ਕਿਹਾ ਤਾਂ ਓਰੀਜਨਲ ਹੈ ਪਰ ਪੇਂਟ ਨਿਕਲਿਆ ਬਾਈ ਇਹ ਪੇਂਟ ਹੀ ਆ ਸਾਰਾ ਹੀ ਠੀਕ ਹੈ ਨਾ ਪਰ ਕੁਆਲਿਟੀ ਵਧੀਆ ਵੀਰੇ ਨਹੀਂ ਕੀ ਕਹਿੰਦਾ ਜੋ ਉਹਦਾ ਕੰਮ ਟਰੈਕਟਰ ਦਾ A to Z ਸਾਰਾ ਹੀ ਹੋਇਆ ਵਾ ਅੱਛਾ ਕੋਈ ਹਿੱਸੇ ਦੀ ਕੋਈ ਇੰਜਨ ਦੀ ਹਾਂ ਟਰੈਕਟਰ ਨੂੰ ਕੀ 1 ਰੁਪਿਆ ਵੀ ਲਾਉਣ ਦੀ ਲੋੜ ਨਹੀਂ ਬਸ ਠੀਕ ਆ ਤੇ ਜਾਨੀ ਕਿ ਬਾਈ ਖੜੀ ਕਮੈਂਟ ਪੇਂਟ ਦੀ ਗੱਲ ਤਾਂ ਕਰੀ ਬਾਈ ਵੀ ਵੀ ਲੱਗਦਾ ਦੇਖਣ ਨੂੰ ਐਵੇਂ ਅੱਜ ਕਣਾ ਓਰੀਜਨਲ ਹੀ ਹੁੰਦਾ ਹਨੀ ਉਹ ਤੇ ਕੋਈ ਚੱਕਰ ਨਹੀਂ ਪਰ ਹੈ ਬਾਈ ਪੇਂਟਡ ਆ ਸਾਰੀ ਗੱਲ ਇਦਾਂ ਹੈ ਤੁਹਾਨੂੰ ਪਤਾ ਵਿੱਚ ਵਿੱਚ ਆਪਣੇ ਕੋਲ ਬੰਦੇ ਇਦਾਂ ਦੇ ਵੀ ਆ ਜਾਣੇ ਵੀ ਉਹਨੂੰ ਇਹ ਚੀਜ਼ ਦੀ ਜਜਮੈਂਟ ਹੁੰਦੀ ਨਹੀਂ ਹੁੰਦੀ ਨਹੀਂ ਹੈ ਵੀਰੇ ਤਾਂ ਹੀ ਪਹਿਲਾਂ ਦੱਸਿਆ ਆਪਾਂ ਨੇ ਕੱਲੂ ਬੰਦਾ ਆਪਣੇ ਕੋਲੋਂ ਟਰੈਕਟਰ ਲੈ ਗਿਆ ਦੂਏ ਬੰਦੇ ਨੇ ਆ ਕੇ ਜਦੇ ਕਹਿਣਾ ਯਾਰ ਤੇਰਾ ਟਰੈਕਟਰ ਤਾਂ ਬਾਈ ਰੰਗਿਆ ਹੋਇਆ ਹੋਇਆ ਹਾਂ ਫਿਰ ਬੰਦੇ ਨੂੰ ਵੱਧ ਔਖਾ ਲੱਗਦਾ ਉਹੀ ਗੱਲ ਆਪਾਂ ਪਹਿਲਾਂ ਹੀ ਦੱਸ ਕੇ ਕਹਿ ਦਈਏ ਫਿਰ ਕੋਈ ਚੱਕਰ ਨਹੀਂ ਹੈਗਾ ਕੋਈ ਨਹੀਂ ਟਰੈਕਟਰ 5000 ਮਹਿੰਗਾ ਦੱਤ ਦਾ ਵਿਕੇ ਜਾਣਾ ਵਿਕੇ ਜਾਣਾ ਕੀ ਇਹ ਵੀ ਬਾਈ ਟਰੈਕਟਰ ਸ਼ੌਂਕੀ ਬੰਦੇ ਕੋਲ ਤਾਂ ਨੇ ਓਰੀਜਨਲ ਰੱਖਿਆ ਆਪਣਾ ਤੇ ਬਾਕੀ ਬਾਈ ਸਟਾਰਟਿੰਗ ਚੈੱਕ ਕਰ ਲਓ ਹੁਣ ਜਮਾ ਸਾਇਲੈਂਟ ਟਰੈਕਟਰ ਹੈ ਬਾਈ मगराड़ भी जगो मैं बड़े पे पे लगते है चौड़े मगराड़ भी बी सोने चौड़े एन वधिया है सारा कुछ ओके बाकी बी चलाई चेक कर लो हम दिल्ली आ कोई नहीं कहा तुमने कहा भाई नट अच्छा कोई नहीं कहा तुमने देखो भाई जगू स्टंट कर गया तो मैं ठीक है भाई रिपोर्ट ओके आ ते बाकी भाई जिन्हें लेना हो कहीं तसल्ली कर लियो भाई ट्रैक्टर दा जो वीरे ठीक है चल उतर हुण दुआ भाई जेड़ा अपने कल वीडियो पाई सी ट्रैक्टर दी हां जी कल जेड़ा अपना ट्रैक्टर घरे खड़ा 3600 हां जी हां जी ओ वीरे ने आज बहुत ज्यादा फोन आया ट्रैक्टर दे अच्छा ट्रैक्टर अपने देता भाई गल्ले है ना आज ट्रैक्टर ले हां ले लियो ते वीरे भाई 3600 दा जेड़ा अपना हॉलैंड ओ बिक चुका है ता फिर वीरे सॉरी जिन्हां ते ले नहीं ओहो मतलब नींबू नांबू ला के मॉडल पिछले टायर है ਚਲਾਈ ਦੱਸ ਦਿੰਦੀ ਬਾਈ ਸੋ ਦਾ ਹਿੱਸੇ ਦਾ ਸਾਰੀ ਪਾਰਟੀ ਦਾ ਸਿਰਫ ਸਟicker ਨਵੇਂ ਲੱਗੇ ਹੋਏ ਯਾਨੀ ਕਿ ਜੇ ਆਪਾਂ ਜਗੂ ਨੂੰ ਧੋਈਏ ਨਾ ਓਰੀਜਨਲ ਵਰਸੇ ਰੰਗ ਬਹੁਤ ਨਿਕਲਿਆ ਹੋਵੇ ਰੰਗ ਨਿਕਲਦਾ
ਇਹ ਸਾਰੀ ਮਿੱਟੀ ਹੋ ਜਮੀ ਵੀ ਹੁਣ ਇਹਦੇ ਮੈਂ ਵੀਰੇ ਇਹਦਾ ਗੇਅਰ ਬਾਕਸ ਆ ਟੋਟਲੀ ਸਵਰਾਜ ਵਾਲਾ ਹੈ ਠੀਕ ਹੈ ਤੇ ਇੰਜਣ ਇਹਦਾ ਮੈਸੀ ਵਾਲਾ ਮੈਸੀ ਦਾ ਇੰਜਣ ਹੈ ਉਹਦੇ ਵੀਰੇ ਇਹ ਮੈਂ ਜਨਰੇਟਰ ਤੇ ਵਰਤਿਆ ਟਰੈਕਟਰ ਇਹ ਮੰਨ ਕੇ ਚੱਲ 265 ਜਿੰਨਾ ਹੀ ਟਰੈਕਟਰ ਦਾ ਖਰਚਾ ਤਾਂ ਅੱਛਾ ਹਾਂ ਬਹੁਤ ਘੱਟ ਤੇ ਲਗਾਦਾ ਯਾਨੀ ਕਿ ਵਧੀਆ ਚਾਰੇ ਪਾਸੇ ਨਾ 3.5 ਮਹੀਨੇ ਹੋਏ 4 ਮਹੀਨੇ ਹੀ ਲਗਭਗ ਘਰੇ ਚੱਲ ਰਿਹਾ ਟਰੈਕਟਰ ਠੀਕ ਹੈ ਇਹਨੇ ਕੁੱਲ ਮਿਲਾ ਕੇ ਵਧੀਆ ਹੈ ਹਾਂ ਬਈ ਲਾਂਸਰ ਦਾ ਕਲੰਪ ਪੈਣੇ ਵਾਲਾ ਕੋਈ ਨਹੀਂ ਪਾ ਦੋਨੇ ਕਲੰਪ ਵੀ भी ट्राई देख लो भाई ब्रेकां भी ओके भाई गेयर भी ओके हैं चला के दिखा दे उधर नो गेड़ा मारिया अच्छा चलाया भाई ठीक है ला दे फिर कदे कहना भाई चलाया वा कद चलाया लेडी एक मिनट रुक जा भरोसा चीज वरत लें फिर पता लगता नहीं जनरेटर मोटर है जनरेटर ने भाई 2 लीटर तेल खाता अच्छा घंटे कुछ भी नहीं खाया क्या चक्कर है ਪੁਰਾਣੀ ਚੀਜ਼ਾਂ ਹੈ ਉਹ ਚੰਗੀਆਂ ਸਾਰੀਆਂ ਉਹ ਵਧੀਆ ਦੇ ਕਿ ਨਹੀਂ ਜੇ ਕਿਤੇ ਜੋ ਹੁਣ ਵੀ ਆਪਣੇ ਇੰਡੋ ਫਾਰਮ ਦੇ ਨਾਲ ਦੇ ਹੁੰਦੇ ਹਾਂ ਟਰੈਕਟਰ ਵਧੀਆ ਵਿਕਣੇ ਵਧੀਆ ਵਿਕਣੇ ਹੁਣ ਸਿਰਫ ਥੋੜਾ ਸ਼ੋਅ ਕਰਕੇ ਲੋਕ ਥੋੜਾ ਘੱਟ ਬਣਾ ਹਲੀ ਸ਼ੋਅ ਹੁਣ ਹਰਮਨ ਪਿਆਰੀ ਜੀ ਹੈ ਵਧੀਆ ਹਾਂ ਠੀਕ ਹੈ ਨਾ ਹਰੇਕ ਦੇ ਮੂੰਹ ਲੱਗ ਜਾਂਦੀ ਹੈ ਵਧੀਆ ਲੱਗਦੀ ਹਾਂ ਤੇ ਬਾਕੀ ਹੋਰ ਆ ਬਈ ਰੰਗ ਦੇਖ ਲੈ ਵੀ ਸਾਰਾ ਨਾਲ ਦਾ ਹੀ ਖੜਾ ਹੈ ਠੀਕ ਹੈ ਯਾਨੀ ਕਿ ਇੰਨੇ ਸਾਲ ਹੋ ਗਏ ਟਰੈਕਟਰ ਨੂੰ ਆਏ ਨੂੰ ਤੇ ਫਸਟ ਓਨਰ ਹੈ ਟਰੈਕਟਰ ਇਹ ਠੀਕ ਹੈ ਬਈ ਬਾਕੀ ਰੇਟ ਦੱਸ ਦੇਣੇ ਬਈ 1.5 ਲੱਖ ਰੁਪਇਆ ਰੇਟ ਹੈ 1.5 ਲੱਖ फर्क तो पैना ही ਤੇ ਬਾਕੀ ਭਾਈ ਟਰੈਕਟਰਾਂ ਦਾ ਰੇਟ ਤੁਹਾਨੂੰ ਦੱਸਤਾ ਕੰਡੀਸ਼ਨ ਦੱਸਤੀ ਇਹ ਮਤਲਬ ਕਿ ਦੋਨੇ ਟਰੈਕਟਰ ਉਹਦੇ ਵਾਸਤੇ ਆ ਜਿਨੇ ਪੈਸੇ ਘੱਟ ਲਾਉਣੇ ਆ ਘੱਟ ਖੇਤੀ ਘੱਟ ਪੈਸੇ ਲਾਉਣੇ ਉਹਦੇ ਵਾਸਤੇ ਦੋ ਟਰੈਕਟਰ ਸਹੀ ਆ ਨਹੀਂ ਆਪਾਂ ਕੋਈ ਗੱਲ ਨਹੀਂ ਆਏ ਨਹੀਂ ਹੈਗਾ ਵੀ ਇੰਨੇ ਦੇ ਦੇਣਾ ਫਿਕਸ ਰੇਟ ਨਹੀਂ ਭਾਈ ਡਿਮਾਂਡ ਆਪਣੀ ਇਹ ਮਾੜਾ ਮੋਟਾ ਐਡਜਸਟ ਕਰ ਲੂਗੇ ਯਾਨੀ ਕਿ ਭਾਈ ਵਿੱਚ ਦਾ ਬੰਦੇ ਸਿੱਧਾ ਹੀ ਕਹਦੇ ਨੇ 1 ਲੱਖ ਰੁਪਇਆ ਕਈ ਜਣੇ ਭਾਈ ਇੰਨਾ ਵੀ ਫਰਕ ਨਹੀਂ ਹੁੰਦਾ ਇੰਨਾ ਨਹੀਂ ਹੁੰਦਾ ਵੀਰੇ ਮਾੜੇ ਮੋਟਾ ਮਾਣ ਤਾਣੇ ਹੁੰਦਾ ਕਰ ਦੂਗੇ ਆਪਾਂ ਬਾਕੀ ਤੁਸੀਂ ਫੋਨ ਕਰ ਲਿਓ ਆ ਜਿਓ ਟਰੈਕਟਰ ਦੇਖ ਲਿਓ ਚਲਾ ਕੇ ਜੋ ਵੀ ਕਰਨਾ ਹੋਇਆ ਨਹੀਂ ਤੇ ਦੇਖ ਲਿਓ ਕੱਲ ਵੀ ਜਿਹੜੇ ਆਪਾਂ ਨੂੰ ਆਪਾਂ ਟਰੈਕਟਰ ਵੇਚਿਆ ਬਾਈ ਤੇ ਆਪਾਂ ਨੂੰ ਬੰਦੇ ਨੇ ਫੋਨ ਵੀ ਮਤਲਬ ਕਿ YouTube ਤੋਂ ਦੇਖ ਕੇ ਕਰਿਆ ਤਾਂ ਠੀਕ ਆ ਜਿਹੜਾ ਟਰੈਕਟਰ ਵਿਕ ਗਿਆ ਏ ਉਹ ਵੀ YouTube ਬਾਈ ਦੀ ਕਾਲੇ ਬਾਈ ਨਾਲ ਉਹ ਵੀ ਜਣੀ ਆਪਣਾ ਬੰਦੇ YouTube ਤੋਂ ਦੇਖ ਕੇ ਲੈ ਕੇ ਟਰੈਕਟਰ ਠੀਕ ਆ ਹਾਂ ਨਹੀਂ ਆਪਾਂ ਨੂੰ ਤਾਂ ਬਾਈ ਬਹੁਤ ਫਾਇਦਾ ਹੋਇਆ ਏ YouTube ਦਾ ਫਾਇਦਾ ਹੈ ਤਾਂ ਬਹੁਤ ਹੈ ਹੁਣ ਬਹੁਤ ਬੰਦੇ ਤੱਕ ਵੀਡੀਓ ਪਹੁੰਚ ਜਾਂਦੀ ਪਹੁੰਚਦੀ ਆ ਵੀਰੇ ਪਹੁੰਚਦੀ ਜਣੀ ਕਿ ਅੱਜ ਆਇਆ ਵੀਰੇ ਅੱਜ ਕੱਲ ਹਰੇਕ ਬੰਦਾ ਸੋਸ਼ਲ ਮੀਡੀਆ ਤੇ ਹੀ ਹੈ ਜਦੋਂ ਲੈ ਕੇ ਬਿਊਰਗ ਬੰਦਾ ਵੀ ਸੋਸ਼ਲ ਮੀਡੀਆ ਤੇ ਬੈਠਾ YouTube ਸਭ ਨਾਲੋਂ ਵੱਧ ਦੇਖਦੇ ਆ YouTube ਹੋ ਗਿਆ Insta ਹਰੇਕ ਬੰਦਾ ਇਹ ਚੀਜ਼ ਦੇਖਦਾ चलते।
ਆਪਾਂ ਕਹਿੰਦੇ ਜੋ ਤੋ ਕੋਈ ਗਲਤ ਚੀਜ਼ ਦਿਖਾਉਣੀ ਆ ਹਾਂ ਠੀਕ ਨੇ ਆਪਾਂ ਦਾ ਜਿਹੜੀ ਜਿਹੜੀ ਉਹਨਾਂ ਕੋ ਆ ਗਈ ਆਪਣੇ ਉਹ ਚੀਜ਼ ਦਿਖਾਉਣੀ ਆ ਟ੍ਰੈਕਟਰ ਲਿਆਂਦਾ ਉਹਦੀ ਬਣਾ ਦਿੱਤੀ ਟ੍ਰੈਕਟਰ ਵੇਚ ਗਿਆ ਉਹਦੀ ਬਣਾ ਦਿੱਤੀ ਬੱਚੇ ਨੂੰ ਰੋਜ਼ ਦੀ ਪੰਜ ਵੀਡੀਓ ਬਣਾ ਲਾ ਉਹਦੇ ਆਹੋ ਉਹਦੇ ਉਹ ਨਾ ਟ੍ਰੈਕਟਰ ਲੈਣਾ ਉਹਦੀ ਵੀਡੀਓ ਚੇਪ ਦੇ ਨੂੰ ਠੀਕ ਨੇ ਤੇ ਬਾਕੀ ਭਾਈ ਉਹ ਵੀ ਦਿਖਾ ਦੇ ਆਪਣਾ ਛੱਤੀ ਦੀ ਉਹ ਤਾਂ ਦਿਖਾ ਤੇ ਆ ਹਾਂ ਦਿਖਾ ਦੇ ਇੱਕ ਤੇ ਭਾਈ ਆਪਣਾ ਇੱਕ ਅਰਜਨ ਖੜਾ ਆਪਣੇ ਕੋਲ ਨੋਵੋ ਠੀਕ ਆ ਤੇ ਹਾਲੈਂਡ ਖੜਾ ਵੀ ਰੇਕੀ ਮਾਡਲ ਹੈ ਇਹ ਟ੍ਰੈਕਟਰ ਦੇ 600 ਘੰਟਾ ਟ੍ਰੈਕਟਰ ਚੱਲਿਆ ਬਸ ਸਿਰਫ 668 ਘੰਟੇ ਦੇ 668 ਚੱਲ ਸਹੀ ਦੱਸਿਆ ਤੇ ਉੱਪਰਲੇ ਨਹੀਂ ਗਿਣਦੇ ਹੈਗੇ ਠੀਕ ਹੈ ਤੇ ਟਾਇਰ ਨਾਲ ਦੇ ਭਾਈ 90 ਪੈਸੇ ਟ੍ਰੈਕਟਰ ਦੇ ਠੀਕ ਹੈ ਭਾਈ ਟ੍ਰੈਕਟਰ ਸਾਰਾ ਜੈਨੂਨ ਆਮ ਲੈ ਜਨ ਰੋਪੜ ਦਾ ਨੰਬਰ ਠੀਕ ਹੈ ਫਸਟ ਪਾਲਟੀ ਹੈ ਹੂੰ ਤੇ ਜਿਹੜਾ ਭਾਈ ਹਾਲੈਂਡ ਦਾ ਸਕੀਨ ਆ ਹੂੰ ਹਾਲੈਂਡ ਦਾ ਵਰ ਜਿਹਦਾ ਨਵਾਂ ਲੀਡ ਦਾ ਮਨ ਬਣਦਾ ਭਾਈ ਉਹਦੇ ਵਾਸਤੇ ਟ੍ਰੈਕਟਰ ਵਧੀਆ ਵਧੀਆ ਹੈ ਸਹੀ ਟ੍ਰੈਕਟਰ पिछे भाई जैक भी लगे वा हुंदा दिखा दिए कैपेसिटी वधी आ इंडिपेंडेंट क्लच है भाई डिस्ट्रीब्यूटर भी लगे वा बाकी जगू कोल खड़ा ट्रैक्टर से ਵੀਡੀਓ ਚ ਆ ਗਿਆ ਬਾਈ ਬਾਕੀ ਵੀਰੇ ਇਹਦੇ ਬਾਰੇ ਤੁਹਾਨੂੰ ਜ਼ਿਆਦਾ ਨੌਲੇਜ ਆ ਮੈਨੂੰ ਥੋੜੀ ਇਕੱਠੇ ਨੌਲੇਜ ਠੀਕ ਹੈ ਬਾਈ ਫੈਬਰ ਵਾਲੀ ਛਤਰੀ ਬਾਈ ਨਾਲ ਇਹਦੀ ਉਹ ਕੰਪਨੀ ਵਾਲੀ ਉਹ ਹੈ ਓਰੀਜਨਲ ਏਜੰਸੀ ਜੋ ਫਿੱਟ ਹੋਈ ਉਹੀ ਉਹ ਹੈ ਚਾਹ ਬਣ ਵੀਰ ਆ ਕੇ ਬਾਈ ਦੇਖ ਲਿਓ ਆਪਾਂ ਨੂੰ ਵੀ ਬਹੁਤ ਹੁੰਦੇ ਕਹਿੰਦੇ ਵੀ ਤੁਹਾਡੇ ਰੈਟਰ ਮੈਂ ਛਤਰੀ ਕਦ ਨਹੀਂ ਆਉਂਦੀ ਬਾਈ ਛਤਰੀ ਤਾਂ ਨਹੀਂ ਆਉਂਦੀ ਕਿਉਂਕਿ ਰੇਟ ਦਾ ਬਹੁਤ ਜ਼ਿਆਦਾ ਡਿਫਰੈਂਸ ਹੈ ਹਾਂ ਤੇ ਆਪਣੇ ਰੈਟਰ ਨਾਲੋਂ ਹੈ ਵੀ ਮਤਲਬ ਕਿ 3.5 ਚ 3.5 ਲੱਖ ਰੁਪਏ ਮਹਿੰਗਾ ਹੈ ਉਹੀ ਗੱਲ ਇਹ ਕੰਪਨੀ 10000 12000 ਦੀ ਛਤਰੀ ਲਾਵੀ ਤਾਂ ਉਹਦੇ ਪੈਸੇ ਵਿੱਚ ਐਡਜਸਟ ਹੋ ਜਾਂਦੇ ਵਿੱਚ ਐਡਜਸਟ ਹੋ ਜਾਂਦੇ ਆਪਣੇ ਤਾਂ ਵੀਰੇ ਪਹਿਲਾਂ ਹੀ ਪੂਰੀ ਪੂਰੀ ਫੈਂਟ ਨਿਕਲੀ ਵੀ ਹੁੰਦੀ ਹਾਂ ਬਸ ਉਹੀ ਗੱਲ ਤਾਂ ਕਰਕੇ ਤਾਂ ਸਵਰਾਜ ਨਾਲ ਤੇਰਾ ਬੰਪਰ ਵੀ ਨਹੀਂ ਆਉਂਦਾ ਬੰਪਰ ਵੀ ਆਪਣੇ ਨਾਲ ਆਪਣੇ ਮਹਿੰਦੇ ਨਾਲ ਬੰਪਰ ਵੀ ਨਹੀਂ ਆ ਦੇਖ ਲੈ ਇਹਦੇ ਨਾਲ ਹਾਂ ਇਹਨੂੰ ਫੱਟੀ ਵੀ ਨਹੀਂ ਹੈ ਫੱਟੀ ਵੀ ਨਹੀਂ ਹੈ ਹਾਂ ਸੱਚ ਆਪਾਂ ਤਾਂ ਪੂਰੇ ਨਾਲ ਕੇ ਪੂਰੇ ਕਰਕੇ ਦਿੰਨੇ ਹਾਂ ਹਾਂ ਦੇਖ ਲੈ ਨੂਵ ਨਾਲ ਫੱਟੀ ਜਾਣਗੀ ਮਤਲਬ ਕਿ ਡੇਲੀ ਜਲ ਆ ਦੇਖ ਲਓ ਭਾਈ ਆਹ ਹੋਈ ਆ ਪਲਾਸਟਿਕ ਵਾਲੇ ਨਟ ਪਾਏ ਵੇ ਕੰਪਨੀ ਨੇ ਕੋਈ ਬੰਪਰ ਨਹੀਂ ਹੈਗਾ ਇਹਨੂੰ ਤੇ ਤੁਹਾਨੂੰ ਪਿੱਛੇ ਦਿਖਾ ਦਿੰਨੇ ਇਹਦੇ ਫੱਟੀ ਵੀ ਨਹੀਂ ਦਿੰਦੀ ਕੰਪਨੀ ਦਾ ਫੱਟੀ ਵੀ ਹੈ ਹੀ ਨਹੀਂ ਇਹਦੇ ਆਹ ਦੇਖੋ ਬਿਨਾਂ ਫੱਟੀ ਦੇ ਹੋਆ ਡੰਡਾ ਹੀ ਹੈ ਇਕੱਲਾ ਹੁਣ ਆਪਾਂ ਦਾ ਫੇਸ ਸਾਰੇ ਨਗ ਪੂਰੇ ਕਰੇ ਵੇ ਕਿ ਨਹੀਂ ਪੂਰੇ ਹੀ ਪੂਰੇ ਉਹ ਵੀ ਰੇਟ 'ਚ ਤੇ ਮੈਸੀ ਹੈਗਾ ਬਾਈ 12 ਮਾਡਲ ਪਾ ਰਹੀ ਹਾਂ 52 45 5245 ਮੈਸੀ ਵੀਰੇ 2012 ਮਾਡਲ ਚੌਕੜਾ ਹੀ ਵੀਰੇ 80-90 ਪੈਸੇ ਟਾਇਰਾਂ ਦਾ ਏ ਅਤੇ ਪਿੱਛੇ ਵੇਟ ਲੱਗਿਆ ਹੋਇਆ 35 ਕਿਲੋ ਦਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਰੈਟਰ ਸੋਹਣਾ ਪੂਰਾ ਏ ਇਹ ਵੀ ਘੱਟ ਖੇਤੀ ਵਾਲੇ ਨੂੰ ਵਫਾ ਕਰ ਦਿਓ ਬਾਈ ਜਿਹਨੇ ਲੈਣਾ ਹੋਇਆ ਭਾਈ ਆ ਜਿਓ ਰੋਪੜ ਖੜੇ ਨੇ ਭੱਠਾ ਸਾਹਿਬ ਜੱਗੂ ਡੌਂਸ ਹਾਊਸ ਨਹੀਂ ਜੱਗੂ ਕੁਵਾੜੀਏ ਕੋਲ ਜੀ ਧੁੱਪਾਂ ਤਾਂ ਹੈਗੀ ਓ ਠੀਕ ਹੈ ਜੱਗੂ ਕੁਵਾੜੀ ਆ ਗਿਆ ਬਾਈ ਆਪਣਾ ਲਓ ਜੀ ਵੀਡੀਓ ਦੀ ਹੋਣ ਲੱਗੀ ਐਂਡਿੰਗ ਅਤੇ ਆਪਾਂ ਨੇ ਰੈਟਰ ਤੁਹਾਨੂੰ ਦਿਖਾ ਤੇ ਦੋ ਦਿਖਾ ਤੇ ਹੈ ਨਾ ਮਹਿੰਦਰਾ ਅਤੇ ਇੰਡੋਫਾਰਮ ਜੀ ਆਹ ਖੜ੍ਹੇ ਪਿੱਛੇ ਦੇਖ ਲਓ ਅਤੇ ਭਾਈ ਜਿਹਨੇ ਵੀ ਰੈਟਰ ਖਰੀਦਣਾ ਵੇਚਣਾ ਹੈ ਨਾ ਹੈ ਨਾ ਅਤੇ ਉਹ ਸੰਪਰਕ ਕਰ ਲਿਓ ਭਾਈ ਨੀਚੇ ਦਿੱਤੇ ਨੰਬਰ 'ਤੇ ਜੱਗੂ ਨੂੰ ਫੋਨ ਕਰ ਲਿਓ ਬਾਈ ਫੋਟੋਆਂ ਫਾਟਾਂ ਭੇਜ ਕੇ ਸੌਦਾ ਕਰ ਲਓ ਬਾਈ ਵਿੱਚ ਇੱਕ ਗੱਲ ਕਹਿਣੀ ਆ ਜਿਹੜੇ ਬਹੁਤ ਵੀਰ ਆਪਾਂ ਨੂੰ ਨਾ ਦੂਰੋਂ ਫੋਟੋਆਂ ਪਾਉਣੇ ਕਿਹੜਾ ਕੋਈ ਵੀਰ ਗੁਰਦਾਸਪੁਰ ਤੋਂ ਹੋਰ ਬਾਈ ਇੰਨੀ ਦੂਰ ਤੱਕ ਯਾਰ ਜਾਣ ਦੀ ਪਹੁੰਚ ਨਹੀਂ ਹੈ ਬਾਈ ਕਿਉਂਕਿ ਬੰਦੇ ਪੂਰੇ ਪੂਰੇ ਹੀ ਹੈ ਦੋ ਤਿੰਨ ਬੰਦੇ ਇੰਨੀ ਦੂਰ ਬਾਈ ਜਾਣਾ ਫਿਰ ਟਰੈਕਟਰ ਉੱਥੇ ਤਾਂ ਨਾ ਵਧੀਆ ਨਿਕਲੇ ਫਿਰ ਮੁੜ ਕੇ ਆਉਂਦੇ ਵਾਪਸ ਅਤੇ ਜਾਣੀ ਕਿ ਬਾਈ ਲੋਕਲ ਟਰੈਕਟਰ ਆਪਾਂ ਦੇਖ ਲੈਂਦੇ ਹਾਂ ਵਾਧੇ ਵੱਧ ਜੋ ਤਾਂ 100 ਕਿਲੋਮੀਟਰ ਹੋ ਗਏ ਅਤੇ ਦੂਰ ਜਾਣ ਦਾ ਯਾਰ ਆਪਾਂ ਤੁਹਾਨੂੰ ਪਤਾ ਵੀ ਕਿੰਨੇ ਬਾਈ ਫੋਨ ਕਰਦੇ ਹਾਂ ਅਤੇ ਦੂਰ ਵਾਲੇ ਵੀਰੇ ਮਾੜਾ ਯਾਰ ਨੇੜੇ ਜਿਹਾ ਰੇਟ ਲਾ ਕੇ ਦੱਸਦੇ ਕਰੋ ਬਾਈ ਨਜਾਇਜ਼ ਪੈਸੇ ਮੰਗੀ ਜਾਂਦੇ ਰੈਟਰਾਂ ਦੇ ਇੰਨੇ ਦਾ ਰੈਟਰ ਹੁੰਦਾ ਨਹੀਂ ਕੋਈ ਉਹਦਾ ਆਪਾਂ ਵੀਰੇ ਲੈ ਕੇ ਰੈਟਰ ਨੂੰ ਵੇਚਣਾ ਆਪਾਂ ਨੇ ਵੇਚਣਾ ਜੇ ਆਪਾਂ ਨੂੰ 2 ਰੁਪਈਏ ਛੱਡੇ ਆਪਾਂ ਨੂੰ ਤਾਂ ਹੀ ਲੈਣੇ ਦਾ ਫਾਇਦਾ ਹੈ ਅਤੇ ਜ਼ਿਆਦਾਤਰ ਤਾਂ ਬਾਈ ਅਸੀਂ ਜਾਣੀ ਕਿ ਲੋਕਲ ਹੀ ਰੈਟਰ ਲੈ ਕੇ ਖੁਸ਼ ਹਾਂ ਜੇ ਬੇਸ਼ੱਕ 2000 ਮਹਿੰਗੇ ਮਿਲ ਜਾਵੇ ਓਕੇ ਬਾਕੀ ਚਲੋ ਬਾਈ ਠੀਕ ਹੈ ਧੰਨਵਾਦ ਸਾਰਿਆਂ ਦਾ ਬਾਅਦ ਇੱਦਾਂ